ਦੇਖੋ ਪਿੱਛੇ ਜੇ ਤਾਂ ਅਲਰਟ ਸੀਗਾ, ਯੈਲੋ ਅਲਰਟ, ਕਿਉਂਕਿ ਜਿਹੜੀ ਪਿੱਛੇ ਕੱਲ੍ਹ ਪਰਸੋਂ ਬਾਰਿਸ਼ ਹੋਈ ਆ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਜਿਸ ਤਰ੍ਹਾਂ ਹੁਣ ਟੈਂਪਰੇਚਰ ਦਿਨ ਦਾ 33 ਤੱਕ ਚੱਲ ਰਿਹਾ ਔਰ ਰਾਤ ਦਾ ਜਿਹੜਾ ਆ ਉਹ 24-25 ਤੱਕ ਚੱਲ ਰਿਹਾ। 29-30 ਅਗਸਤ ਇਹਦੇ ਵਿੱਚ ਇੱਕ ਰੇਨਫਾਲ ਇਵੈਂਟ ਹੋ ਸਕਦਾ ਜਿਹੜਾ ਕਿ ਨੌਰਥ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਇਫੈਕਟਿਵ ਹੋਏਗਾ, ਜਿਹੜੇ ਪੰਜਾਬ ਦੇ ਨੌਰਥ ਡਿਸਟ੍ਰਿਕਟਸ ਨੇ। ਥੋੜ੍ਹਾ ਜਿਹਾ ਹਿਊਮਿਡਿਟੀ ਲੈਵਲ ਹਾਈ ਹੈਗਾ ਜਿਹਦੇ ਕਰਕੇ ਸਾਨੂੰ ਥੋੜ੍ਹਾ ਅਨਕੰਫਰਟੇਬਲ ਲੱਗਦਾ ਕਿ ਹਿਮਾਚਲ ਅਤੇ ਦਿੱਲੀ ਦੇ ਵਿੱਚ ਹਲੇ ਵੀ ਯੈਲੋ ਅਲਰਟ ਚੱਲ ਰਿਹਾ। ਸੋ ਅਵੋਇਡ ਕਰਨਾ ਚਾਹੀਦਾ ਹੈਗਾ ਪਹਾੜਾਂ ਵੱਲ ਜਾਣਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਮਤਲਬ ਟ੍ਰੈਫਿਕ ਬਲੋਕੇਜ ਵੀ ਹੋ ਜਾਂਦੀ ਹੈ, ਸਲਿਪਰੀ ਵੀ ਹੋ ਜਾਂਦੀ ਹੈ ਨਾ। ਦ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਅਸੀਂ ਮੌਸਮ ਵਿਭਾਗ ਪਹੁੰਚੇ ਹਾਂ। ਮੌਸਮ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਾਤਾਰ ਹੀ ਜਿਹੜੀ ਗਰਮੀ ਜਿਹੜੀ ਵੱਧਦੀ ਤਾਂ ਹੋਈ ਨਜ਼ਰ ਆ ਰਹੀ ਹੈ, ਪਰ ਕਿਤੇ ਨਾ ਕਿਤੇ ਜਿਹੜਾ ਮੌਨਸੂਨ ਕਰਕੇ ਗਰਮੀ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਹੈ ਰਾਹਤ ਲੋਕਾਂ ਨੂੰ ਮਿਲ ਰਹੀ ਹੈ। ਅਤੇ ਅੱਜ ਸਾਡੇ ਨਾਲ ਡਾਕਟਰ ਕੁਲਵਿੰਦਰ ਕੌਰ ਗਿੱਲ ਜੀ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਕਿੱਦਾਂ ਦਾ ਰਹਿਣ ਵਾਲਾ ਹੈ ਅਤੇ ਕਿਹੜਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਅਤੇ ਸਾਰੀ ਗੱਲਬਾਤ ਕਰਦੇ ਅਤੇ ਤੁਹਾਡੇ ਤੋਂ ਪੁੱਛਦੇ। ਮੈਮ ਸਤਿ ਸ਼੍ਰੀ ਅਕਾਲ ਜੀ। ਮੈਮ ਬੀਤੇ ਦਿਨਾਂ ਦੀ ਆਪਾਂ ਗੱਲ ਕਰੀਏ, ਲਗਾਤਾਰ ਹੀ ਮੌਸਮ ਦੇ ਵਿੱਚ ਜਿਹੜਾ ਚੇਂਜਿੰਗ ਆ ਰਹੀ ਹੈ, ਇੱਕ ਤਬਦੀਲੀ ਹੁੰਦੀ ਹੋਈ ਨਜ਼ਰ ਆ ਰਹੀ ਸੀਗੀ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਕੁ ਜਿਹੜੀ ਤਬਦੀਲੀ ਆ ਵੇਖਣ ਨੂੰ ਮਿਲ ਸਕਦੀ? ਦੇਖੋ ਇਸ ਵਾਰੀ ਜਿਹੜੀ ਬਾਰਿਸ਼ ਹੈ ਉਹਦਾ ਪੈਟਰਨ ਥੋੜ੍ਹਾ ਜਿਹਾ ਚੇਂਜ ਰਿਹਾ ਹੈ, ਕਿਉਂਕਿ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਮੌਨਸੂਨ ਬੜੀ ਟਾਈਮਲੀ ਆਈ ਹੈ ਔਰ ਅੱਛੀ ਬਾਰਿਸ਼ ਵੀ ਹੋ ਗਈ, ਬਟ ਫਿਰ ਸਾਰੇ ਮੰਥ ਦੇ ਵਿੱਚ ਜੂਨ ਔਰ ਜੁਲਾਈ ਦੇ ਵਿੱਚ ਡੈਫਿਸਿਟ ਰਿਹਾ ਹੈ ਬਾਰਿਸ਼, ਹੈ ਨਾ। ਕਾਫੀ ਮੌਨਸੂਨ ਦੀ ਉਦੋਂ ਬ੍ਰੇਕ ਰਹੀ ਹੈ, ਵਿੱਚ ਕਦੇ ਰਿਵਾਈਵ ਹੋ ਗਈ ਕਦੇ ਬ੍ਰੇਕ ਬਹੁਤ ਲੰਬੀ ਹੋ ਗਈ, ਜਿਹਦੇ ਨਾਲ ਕਿ ਬਾਰਿਸ਼ ਡੈਫਿਸਿਟ ਰਹੀ ਹੈ। ਸੋ 40% ਤੱਕ ਡੈਫਿਸਿਟ ਜਿਹੜਾ ਚੱਲ ਰਿਹਾ ਸੀਗਾ, ਬਟ ਅਗਸਤ ਦੇ ਵਿੱਚ ਜਿਹੜੀ ਬਾਰਿਸ਼ ਆ ਉਹ ਬਹੁਤ ਵਧੀਆ ਹੋਈ ਹੈ, ਜਿਹੜੀ ਸਾਡੇ ਰਿਕਾਰਡ ਦੇ ਵਿੱਚ ਹੈਗੀ ਹੈ ਕਿ ਹਰ ਹਫ਼ਤੇ ਜਿਹੜੀ ਬਾਰਿਸ਼ ਆ ਨੋਰਮਲ ਤੋਂ ਜ਼ਿਆਦਾ ਰਹੀ ਹੈ, ਅਤੇ 190 mm ਤੱਕ ਜਿਹੜੀ ਬਾਰਿਸ਼ ਉਹ ਰਿਕਾਰਡ ਹੋ ਚੁੱਕੀ ਹੈ, ਅਤੇ ਅਗਸਤ ਦੀ 190 mm ਹੀ ਜਿਹੜੀ ਨੋਰਮਲੀ ਹੁੰਦੀ ਹੈ। ਸੋ ਇਹ ਕਾਫੀ ਅੱਛਾ ਰਿਹਾ ਅਗਸਤ ਦਾ ਮਹੀਨਾ ਜਿਹੜਾ ਮੌਨਸੂਨ ਦੇ ਪੁਆਇੰਟ ਆਫ ਵਿਊ ਦੇ ਨਾਲ, ਔਰ ਇਹਨੇ ਜਿਹੜਾ ਡੈਫਿਸਿਟ ਆ ਉਹਨੂੰ ਵੀ ਘੱਟ ਕੀਤਾ ਜਿਹੜਾ ਪਹਿਲਾਂ ਡੈਫਿਸਿਟ ਸੀਗਾ। ਬਟ ਹਲੇ ਵੀ ਜੇ ਆਪਾਂ ਸਾਰੇ ਮੌਨਸੂਨ ਸੀਜ਼ਨ ਦੀ ਹੁਣ ਤੱਕ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਹਲੇ ਵੀ 33% ਤੱਕ ਡੈਫਿਸਿਟ ਹਲੇ ਹੈਗਾ ਜੀ। ਅਤੇ ਆਉਣ ਵਾਲੇ ਦਿਨਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਹਲੇ ਆਈਸੋਲੇਟਡ ਬਾਰਿਸ਼ ਦੇ ਚਾਂਸਿਸ ਹੈਗੇ ਨੇ, ਬਟ 29-30 ਜੂਨ ਨੂੰ ਇੱਕ ਫਿਰ ਰੇਨਫਾਲ ਇਵੈਂਟ ਹੋ ਸਕਦਾ, ਅਗਸਤ 19-20 ਸੋਰੀ ਜਿਹੜੀ ਹੁਣ ਆਉਣੀ ਹੈ ਆਪਣੀ 29-30 ਅਗਸਤ ਇਹਦੇ ਵਿੱਚ ਇੱਕ ਰੇਨਫਾਲ ਇਵੈਂਟ ਹੋ ਸਕਦਾ ਜਿਹੜਾ ਕਿ ਨੌਰਥ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਇਫੈਕਟਿਵ ਹੋਏਗਾ, ਜਿਹੜੇ ਪੰਜਾਬ ਦੇ ਨੌਰਥ ਡਿਸਟ੍ਰਿਕਟਸ ਨੇ। ਸੋ ਇਹ ਜਿਹੜਾ ਅੱਛੀ ਬਾਰਿਸ਼ ਹੋਏਗੀ ਇਹਦੇ ਨਾਲ ਸਾਡੀਆਂ ਜਿਹੜੀਆਂ ਸਾਉਣੀ ਦੀਆਂ ਫਸਲਾਂ ਨੇ ਇਹਨਾਂ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਜਿੰਨੀ ਵੀ ਬਾਰਿਸ਼ ਹੋ ਰਹੀ ਹੈ ਇਹਦੇ ਨਾਲ ਜਿਹੜੇ ਕਿ ਜਿਹੜਾ ਸਾਡਾ ਕੋਈ ਇਰੀਗੇਸ਼ਨ ਦਾ ਸ਼ਡਿਊਲ ਸੀਗਾ ਜਿੱਥੇ ਕੋਈ ਰਿਕੁਆਇਰਮੈਂਟ ਸੀਗੀ ਉਹ ਕਵਰ ਅਪ ਹੋ ਜਾਏਗਾ, ਅਤੇ ਉਮੀਦ ਕਰਦੇ ਹਾਂ ਕਿ ਸਪਟੰਬਰ ਦੇ ਵਿੱਚ ਵੀ ਅੱਛੀ ਬਾਰਿਸ਼ ਅੱਗੋਂ ਹੋਏ ਔਰ ਜਿਹੜਾ ਸਾਡਾ ਹੁਣ ਡੈਫਿਸਿਟ ਹੈਗਾ ਉਹਨੂੰ ਸਾਰੇ ਨੂੰ ਕਵਰ ਅਪ ਹੋ ਜਾਏ, ਕਿਉਂਕਿ ਹਲੇ ਸਾਡੇ ਕੋਲ 22 ਸਪਟੰਬਰ ਤੱਕ ਜਿਹੜਾ ਵਿਦਰੋਲ ਹੁੰਦਾ ਮੌਨਸੂਨ ਦਾ, ਔਰ ਹਲੇ ਵੀ 25 ਦਿਨ ਹੈਗੇ ਨੇ। ਸੋ ਅਗਰ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਸਾਡੀਆਂ ਸਾਉਣੀ ਦੀਆਂ ਫਸਲਾਂ ਲਈ ਵੀ ਲਾਹੇਵੰਦ ਹੋਏਗੀ ਔਰ ਸਾਡਾ ਜਿਹੜਾ ਡੈਫਿਸਿਟ ਉਹ ਵੀ ਕਵਰ ਅਪ ਹੋ ਜਾਏਗਾ ਜੀ। ਅਤੇ ਮੈਮ ਕੋਈ ਅਲਰਟ ਵਗੈਰਾ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਜਿਹੜਾ ਮੌਸਮ ਦੇ ਵਿੱਚ ਕੁਝ ਖਾਸ ਜਿਹੜੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ? ਦੇਖੋ ਪਿੱਛੇ ਜੇ ਤਾਂ ਅਲਰਟ ਸੀਗਾ ਯੈਲੋ ਅਲਰਟ, ਕਿਉਂਕਿ ਜਿਹੜੀ ਪਿੱਛੇ ਕੱਲ੍ਹ ਪਰਸੋਂ ਬਾਰਿਸ਼ ਹੋਈ ਆ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ, ਔਰ ਮੋਡਰੇਟ ਟੂ ਹੈਵੀ ਰੇਨਫਾਲ ਜਿਹੜੀ ਹੈ ਰਹੀ ਹੈ,
ਜਿਹਦੇ ਨਾਲ ਕਿਸਾਨਾਂ ਦੇਖਿਆ ਗਿਆ ਕਿ ਜਿਹੜਾ ਟੈਂਪਰੇਚਰਸ ਨੇ ਉਹ ਵੀ ਕਾਫੀ ਫਾਲ ਕੀਤੇ ਹੈ, ਜਿਸ ਤਰ੍ਹਾਂ ਹੁਣ ਟੈਂਪਰੇਚਰ ਦਿਨ ਦਾ 33 ਤੱਕ ਚੱਲ ਰਿਹਾ ਔਰ ਰਾਤ ਦਾ ਜਿਹੜਾ ਆ ਉਹ 24-25 ਤੱਕ ਚੱਲ ਰਿਹਾ। ਸੋ ਜਿਹੜੇ ਟੈਂਪਰੇਚਰਸ ਨੇ ਬਿਲਕੁਲ ਨੋਰਮਲ ਚੱਲ ਰਹੇ ਨੇ, ਥੋੜ੍ਹਾ ਜਿਹਾ ਹਿਊਮਿਡਿਟੀ ਲੈਵਲ ਹਾਈ ਹੈਗਾ ਜਿਹਦੇ ਕਰਕੇ ਸਾਨੂੰ ਥੋੜ੍ਹਾ ਅਨਕੰਫਰਟੇਬਲ ਲੱਗਦਾ, ਬਟ ਫਿਰ ਵੀ ਕਾਫੀ ਅੱਛੀ ਮਤਲਬ ਇਸ ਔਗਸਤ ਦੇ ਵਿੱਚ ਰਿਹਾ ਹੈਗਾ ਸਾਡਾ ਜਿਹੜਾ ਵੈਦਰ ਹੈ ਕਾਫੀ ਪਲੈਜ਼ੈਂਟ ਵੀ ਰਿਹਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਹੈ ਜਿਵੇਂ ਆਈਸੋਲੇਟਡ 'ਤੇ ਹੁੰਦੀ ਹੈ, ਫਿਰ ਵੀ ਟੈਂਪਰੇਚਰਸ ਦੇ ਵਿੱਚ ਕੋਈ ਜ਼ਿਆਦਾ ਚੇਂਜ ਹੋਣ ਦੀ ਸੰਭਾਵਨਾ ਨਹੀਂ ਹੈ ਜੀ। ਅਤੇ 29-30 ਨੂੰ ਜਿਹੜੇ ਕਿਸ ਤਰੀਕੇ ਦੀ ਜਿਹੜੀ ਬਾਰਿਸ਼ ਸਾਨੂੰ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ, ਕਿਸ ਤਰੀਕੇ ਦਾ ਮੌਸਮ ਆਪਾਂ ਇੱਕ ਤਰੀਕੇ ਦਾ ਉਮੀਦ ਕਰ ਸਕਦੇ ਕਿ ਉਸ ਤਰੀਕੇ ਦਾ ਮੌਸਮ ਜਿਹੜਾ ਸਾਨੂੰ ਵੇਖਣ ਨੂੰ ਮਿਲ ਸਕਦਾ 29-30 ਨੂੰ? ਦੇਖੋ ਜਿਵੇਂ ਕਿ ਮੌਨਸੂਨ ਦੀ ਜਿਹੜੀ ਮਤਲਬ ਪ੍ਰੋਗਰੈਸ ਹੈਗੀ ਆ ਉਹ ਹੋ ਰਹੀ ਹੈ, ਅਤੇ ਉਹਦੇ ਨਾਲ ਹੀ ਲਾਈਟ ਟੂ ਮੋਡਰੇਟ ਜਿਹੜੀ ਰੇਨ ਆ ਉਹ ਐਕਸਪੈਕਟ ਕੀਤੀ ਜਾ ਰਹੀ ਆ ਨੌਰਥਨ ਡਿਸਟ੍ਰਿਕਟਸ ਦੇ ਵਿੱਚ, ਜਿਹਦੇ ਨਾਲ ਕਿ ਟੈਂਪਰੇਚਰਸ ਜ਼ਿਆਦਾ ਸ਼ੂਟ ਅਪ ਨਹੀਂ ਕਰਨਗੇ। ਸੋ ਆਪਾਂ ਉਮੀਦ ਕਰਦੇ ਹੈਗੇ ਕਿ ਹਲੇ ਹਫ਼ਤਾ ਕੁ ਸਾਡੇ ਕੋਲ ਪ੍ਲੈਜ਼ੈਂਟ ਵੈਦਰ ਰਹੇਗਾ ਜੀ। ਅਤੇ ਮੈਮ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਲਈ ਕੋਈ ਖਾਸ ਮੈਸੇਜ ਜਾਂ ਫਿਰ ਉਹਨਾਂ ਨੂੰ ਕੋਈ ਮਤਲਬ ਅਪੀਲ ਕਰਨਾ ਚਾਹੁੰਦੇ ਹੋ? ਕਿਸਾਨਾਂ ਲਈ ਦੇਖੋ ਜਿਸ ਤਰ੍ਹਾਂ ਕਿ ਹੁਣ ਪਿੱਛੇ ਬਾਰਿਸ਼ ਹੋਈ ਹੈਗੀ ਹੈ ਔਰ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ, ਕਈ ਜਗ੍ਹਾ 'ਤੇ ਹੈਵੀ ਰੇਨਫਾਲ ਵੀ ਹੋਈ ਹੈ। ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈਗਾ ਕਿਉਂਕਿ ਜਿਹੜੀ ਇਸ ਵਾਲੇ ਜਿਹੜੀਆਂ ਸਾਉਣੀ ਦੀਆਂ ਫਸਲਾਂ ਨੇ ਉਹ ਉਹਨਾਂ ਦਾ ਮਤਲਬ ਪਾਣੀ ਖੜ੍ਹਾ ਨਾ ਹੋਵੇ ਫਸਲਾਂ ਦੇ, ਕਿਉਂਕਿ ਉਹ ਮੈਚਿਓਰਿਟੀ ਦੇ ਨੇੜੇ ਨੇ, ਹੈ ਨਾ, ਕਈ ਰੀਪ੍ਰੋਡਕਟਿਵ ਸਟੇਜ 'ਤੇ ਨੇ। ਸੋ ਅਗਰ ਪਾਣੀ ਖੜ੍ਹਾ ਹੁੰਦਾ ਤਾਂ ਉਹ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ। ਸੋ ਪਾਣੀ ਨੂੰ ਕੱਢਣ ਦਾ ਜ਼ਰੂਰ ਪ੍ਰਬੰਧ ਕੀਤਾ ਜਾਵੇ, ਪ੍ਰੋਪਰ ਨਿਕਾਸੀ ਦਾ ਜਿਹੜਾ ਪ੍ਰਬੰਧ ਹੋਵੇ ਕਿਸਾਨਾਂ ਦੇ ਖੇਤਾਂ ਦੇ ਵਿੱਚ, ਤਾਂ ਕਿ ਜਿਹੜਾ ਉਹਦੀ ਫਸਲ ਨੂੰ ਕੋਈ ਨੁਕਸਾਨ ਨਾ ਹੋ ਸਕੇ। ਬਾਕੀ ਅਗਰ ਕੋਈ ਬਿਮਾਰੀ ਕਿਸੇ ਕੀਟ ਦਾ ਮਤਲਬ ਉੱਥੇ ਲੱਗਦਾ ਹੈ ਕਿ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਅਟੈਕ ਹੋ ਰਿਹਾ, ਤਾਂ ਉਹਦੇ ਲਈ ਜਿਹੜਾ ਕਿਸਾਨ ਵੀਰਾਂ ਨੂੰ ਮਾਹਰਾਂ ਨਾਲ ਜ਼ਰੂਰ ਸੰਪਰਕ ਕਰਦੇ ਰਹਿਣਾ ਚਾਹੀਦਾ, ਕਿਉਂਕਿ ਹਿਊਮਿਡਿਟੀ ਜ਼ਿਆਦਾ ਹੋਣ ਦੇ ਕਰਕੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ। ਸੋ ਉਹਦਾ ਲਗਾਤਾਰ ਜਿਹੜਾ ਉਹਦਾ ਨਿਰੀਖਣ ਕਰਦੇ ਰਹਿਣ, ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਤਾਂ ਉਹਦਾ ਜਲਦੀ ਤੋਂ ਜਲਦੀ ਇਲਾਜ ਹੋ ਸਕੇ ਜੀ। ਅਤੇ ਮੈਮ ਜਿਵੇਂ ਕਿ ਮੀਂਹ ਦਾ ਮੌਨਸੂਨ ਦਾ ਟਾਈਮ ਚੱਲ ਰਿਹਾ, ਲੋਕਾਂ ਨੂੰ ਕੀ ਮਤਲਬ ਕਹਿਣਾ ਚਾਹੋਗੇ ਜਿਹੜੇ ਲੋਕ ਜਿਹੜੇ ਹਿੱਲ ਸਟੇਸ਼ਨ ਦੇ ਵਿੱਚ ਜਾ ਰਹੇ ਆ ਘੁੰਮਣ ਫਿਰਨ ਜਾ ਰਹੇ, ਉਹਨਾਂ ਲਈ ਕੋਈ ਖਾਸ ਐਡਵਾਈਸ? ਹਾਂ ਦੇਖੋ, ਜਿਹੜੀ ਹੁਣ ਪਿੱਛੇ ਬਾਰਿਸ਼ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਸਲਿਪਰੀ ਹੋ ਗਿਆ ਹੋਇਆ ਵੈਦਰ, ਹੈ ਨਾ, ਉਹਦੇ ਜਿਹੜਾ ਰੋਡਸ ਨੇ ਬਹੁਤ ਸਲਿਪਰੀ ਨੇ, ਵੈਦਰ ਵੀ ਬਿਲਕੁਲ ਮਤਲਬ ਇਸ ਤਰ੍ਹਾਂ ਦਾ ਹੋ ਗਿਆ ਕਿ ਕਿਸੇ ਵੇਲੇ ਵੀ ਜਿਸ ਤਰ੍ਹਾਂ ਲੋਕਲ ਸਿਸਟਮ ਬਣ ਕੇ ਹੋ ਸਕਦੀ ਹੈ ਬਾਰਿਸ਼, ਕਿਉਂਕਿ ਹਿਮਾਚਲ ਅਤੇ ਦਿੱਲੀ ਦੇ ਵਿੱਚ ਹਲੇ ਵੀ ਯੈਲੋ ਅਲਰਟ ਚੱਲ ਰਿਹਾ। ਸੋ ਅਵੋਇਡ ਕਰਨਾ ਚਾਹੀਦਾ ਹੈਗਾ ਪਹਾੜਾਂ ਵੱਲ ਜਾਣਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਮਤਲਬ ਟ੍ਰੈਫਿਕ ਬਲੋਕੇਜ ਵੀ ਹੋ ਜਾਂਦੀ ਹੈ, ਸਲਿਪਰੀ ਵੀ ਹੋ ਜਾਂਦੀ ਹੈ ਨਾ। ਸੋ ਬਾਕੀ ਜਿਹੜਾ ਸਿਹਤ ਪੱਖੋਂ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਕੋਈ ਮਤਲਬ ਤਰਲ ਪਦਾਰਥ ਲੈਂਦੇ ਰਹਿਣ, ਕਿਉਂਕਿ ਸਵੈਟਿੰਗ ਬਹੁਤ ਹੁੰਦੀ ਹੈ, ਅਤੇ ਜਿਸ ਤਰ੍ਹਾਂ ਕੋਈ ਤਲੀਆਂ ਚੀਜ਼ਾਂ ਉਹਨਾਂ ਨੂੰ ਨਾ ਲਿਆ ਜਾਵੇ, ਜਿਹੜੀਆਂ ਕਿ ਹੈ ਨਾ ਸਟਰੀਟ ਦੇ ਵਿੱਚ ਆਪਾਂ ਫੂਡ ਦੇਖਦੇ ਹਾਂ ਉਹਨੂੰ ਵੀ ਅਵੋਇਡ ਕੀਤਾ ਜਾਵੇ, ਕਿਉਂਕਿ ਕਈ ਵਾਰੀ ਬਰਸਾਤੀ ਪਾਣੀ ਦੇ ਨਾਲ ਮਿਲ ਕੇ ਇੱਕ ਪ੍ਰੋਬਲਮਸ ਜ਼ਿਆਦਾ ਵੱਧ ਜਾਂਦੀਆਂ ਨੇ, ਬੈਕਟੀਰੀਆ ਪੈਰਾਸਾਈਟਸ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ। ਸੋ ਇਸ ਟਾਈਪ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਅਤੇ ਬਾਕੀ ਜਿਸ ਤਰ੍ਹਾਂ ਕਈ ਵਾਰੀ ਹਿਊਮਿਡਿਟੀ ਲੈਵਲ ਇੰਨਾ ਜ਼ਿਆਦਾ ਹੈਗਾ ਕਿ ਕਈ ਵਾਰੀ ਅਸਥਮਾ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਤਾਂ ਜਦੋਂ ਵਾਕ ਕਰਨੀ ਹੈ ਉਦੋਂ ਵੀ ਇਹ ਦੇਖਿਆ ਜਾਵੇ ਕਿ ਅਗਰ ਬਹੁਤ ਜ਼ਿਆਦਾ ਹਿਊਮਿਡ ਹੈਗਾ ਤਾਂ ਉਸ ਚੀਜ਼ ਨੂੰ ਅਵੋਇਡ ਕੀਤਾ ਜਾਏ ਜੀ। ਅਤੇ ਮੈਮ ਕਿਹੜੇ ਕਿਹੜੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਦੱਸੋਗੇ? ਦਿੱਲੀ ਔਰ ਦੇਖੋ ਹਿਮਾਚਲ ਦੇ ਵਿੱਚ ਅਲਰਟ ਹੈਗਾ, ਅਤੇ ਸਾਡੇ ਪੰਜਾਬ ਦੇ ਵਿੱਚ ਪਿੱਛੇ ਜਿਹੜੇ ਬਾਰਿਸ਼ ਹੋਈ ਆ ਉਦੋਂ 1-2 ਦਿਨ ਯੈਲੋ ਅਲਰਟ ਸੀਗਾ, ਪਰ ਉਸ ਤੋਂ ਬਾਅਦ ਹੁਣ ਉਹ ਕਾਫੀ ਸਿਸਟਮ ਜਿਹੜਾ ਮੂਵ ਕਰ ਚੁੱਕਿਆ, ਅੱਗੋਂ ਹੁਣ ਆਈਸੋਲੇਟਡ ਜਿਹੜੇ ਸ਼ਾਵਰਸ ਨੇ ਉਹੀ ਐਕਸਪੈਕਟ ਕੀਤੇ ਜਾ ਰਹੇ ਨੇ। ਸੋ ਇੰਨਾ ਜ਼ਿਆਦਾ ਕੋਈ ਮਤਲਬ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਅਲਰਟ ਨਹੀਂ। ਅਤੇ 29-30 ਨੂੰ ਸਿਰਫ ਮੀਂਹ ਪੈਣ ਦੀ ਸੰਭਾਵਨਾ?
ਹਾਂਜੀ ਬਿਲਕੁਲ, ਲਾਈਟ ਟੂ ਮੋਡਰੇਟ ਰੇਨਫਾਲ ਜੀ। ਸੋ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ। ਜੇ ਗੱਲ ਕੀਤੀ ਜਾਵੇ ਮੌਨਸੂਨ ਦੀ, ਤਾਂ 29 ਤੇ 30 ਦਾ ਜਿਹੜਾ ਰਿਕਾਰਡ ਦੱਸਿਆ ਜਾ ਰਿਹਾ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਮੌਨਸੂਨ ਜਿਹੜੀ ਹੈ ਪੈਣ ਦੀ ਸੰਭਾਵਨਾ ਹੈ, ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ। ਅਤੇ ਤੁਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ, ਤੁਹਾਡੇ ਏਰੀਆ ਦੇ ਵਿੱਚ ਕਿੰਨੀ ਕੁ ਜ਼ਿਆਦਾ ਜਿਹੜੀ ਬਾਰਿਸ਼ ਹੋ ਰਹੀ ਹੈ, ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਪਨ ਬਸੀਨਾ।